ਲੁਟੇਰਿਆਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਤਾਂ ਕੈਮਰੇ ਦੇ ਵਿੱਚ ਬਹੁਤ ਕੈਦ ਹੁੰਦੀਆਂ ਨੇ, ਪਰ ਲੁਟੇਰਿਆਂ ਦੀ ਜਦੋਂ ਛਿੱਤਰ ਪਰੇਡ ਹੁੰਦੀ ਹੈ ਉਦੋਂ ਕੀ ਆਲਮ ਹੁੰਦਾ ਹੈ, ਉਸਦੀ ਸਾਰੀ ਸੀਸੀਟੀਵੀ ਵੀਡੀਓ ਹੈ ਜਿਹੜੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਜੀ ਹਾਂ, ਰਾਹ ਜਾਂਦੀ ਇੱਕ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਾ ਕੇ ਹੈ ਜਿਹੜੇ ਲੁਟੇਰੇ ਫਰਾਰ ਹੋ ਰਹੇ ਸਨ, ਅਤੇ ਦੋ ਨੌਜਵਾਨ ਜੋ ਕਿ ਦੂਜੀ ਬਾਈਕ 'ਤੇ ਆ ਰਹੇ ਸਨ ਉਹਨਾਂ ਨੇ ਉਹਨਾਂ ਲੁਟੇਰਿਆਂ ਨੂੰ ਫੜ ਲਿਆ। ਉਸ ਤੋਂ ਬਾਅਦ ਕੀ ਹੁੰਦਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੁਟੇਰਿਆਂ ਦੀ ਛਿੱਤਰ ਪਰੇਡ ਕੀਤੀ ਜਾ ਰਹੀ ਹੈ। ਹਰ ਆਉਂਦੇ ਜਾਂਦੇ ਨੇ, ਨਾਲੇ ਤਾਂ ਲੁਟੇਰਿਆਂ ਨੂੰ ਕੁੱਟਿਆ, ਨਾਲੇ ਹੀ ਖੋਈਆਂ ਹੋਈਆਂ ਵਾਲੀਆਂ ਨੇ ਜਿਹੜੀਆਂ ਉਹ ਵਾਪਸ ਉਸ ਮਹਿਲਾ ਨੂੰ ਦਿੱਤੀਆਂ, ਅਤੇ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਉਹ ਦਿਖਾਉਂਦੇ ਹਾਂ ਤੁਹਾਨੂੰ ਇਹ ਰਿਪੋਰਟ। ਮੇਰੇ ਨੰਗੇ ਵੀ ਨਹੀਂ, ਏਦਾਂ ਟੋਪੀ ਦਾ ਕੱਜੇ ਦਾ ਟੋਪੀ ਵੱਡੀ ਹੈ ਮੇਰੀ। ਤੁਸੀਂ ਕਿਤੇ ਜਾਂ ਕਿਤੇ ਖਾਸ ਕੁਝ ਕੀਤੀ ਜਾਂ ਕੁਝ ਕੀਤਾ? ਕੁਛ ਨਹੀਂ ਮੈਂ ਕੀਤਾ, ਮੈਂ ਬਸ ਘੜਾ ਫਿਰ ਕਤੁਰੀ ਘੜਾ, ਮੈਂ ਮੇਰੇ ਟੁੱਟ ਜਾਏਗਾ ਸੋਨਾ ਚ ਘੜਾ ਟੁੱਟ ਜਾਏਗਾ, ਘੜਾ ਮੈਂ ਕੱਚੀ ਜਗ੍ਹਾ ਤੇ ਰੱਖ ਦਿੱਤਾ। ਹਾਂ, ਤੇ ਫਿਰ ਬਾਅਦ ਚ ਹੱਥ ਨਾ ਬੇਟਾ ਤੈਨੂੰ ਪਾ ਜਾਂਦਾ ਹੈ, ਤੇ ਫਿਰ ਇੱਕ ਆਦਮੀ ਕਹਿਣ ਲੱਗਾ ਭੈਣ ਜੀ ਤੁਹਾਡੇ ਕੋਲ ਫੜਿਆ ਨਹੀਂ ਜਾਣਾ, ਤੁਸੀਂ ਇੱਧਰ ਹੋ ਕੇ ਬਹਿ ਜਾਓ, ਅਸੀਂ ਆਪੇ ਇਹਨਾਂ ਨੂੰ ਜਿੱਠ ਲੈਂਦੇ ਹਾਂ, ਸਾਨੂੰ ਚੀਜ਼ ਦਾ ਮਤਲਬ ਹੈ, ਤਾਂ ਚੀਜ਼ ਮੂੰਹ ਚੋਂ ਕੱਢ ਕੇ ਚਿੱਬ ਪੀਏ ਦੇ ਨੇ ਟਾਪਸ ਨੂੰ।